ਔਰ ਜੋ ਟੀਮ ਹੈ ਬਰਨਾਲੇ ਦੀ ਟੀਮ ਆ ਔਰ ਦੂਸਰੀ ਸਾਈਡ ਹਲਵਾਰੇ ਦੀ ਟੀਮ ਖੇਡਣੀ ਹੈ ਵੇਖਦੇ ਹਾਂ ਇਸ ਮੈਚ ਦੇ ਵਿੱਚੋਂ ਕਿਹੜੀ ਟੀਮ ਆ ਜੇਤੂ ਬਣਦੀ ਹੈ ਸੈਮੀ ਫਾਈਨਲ ਮੈਚਾਂ ਲਈ ਵੀ ਟਾਈਆਂ ਕੱਢੀਆਂ ਗਈਆਂ ਹੈ ਜਲਦੀ ਤੋਂ ਜਲਦੀ ਜੀ ਮੈਚ ਸਟਾਰਟ ਕਰ ਦਿੱਤਾ ਜਾਵੇ ਲਓ ਦਰਸ਼ਕ ਵੀਰੋ ਮੁਕਾਬਲਾ ਸ਼ੁਰੂ ਹੋ ਚੁੱਕਾ ਇਸ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਬਰਨਾਲੇ ਦੀ ਟੀਮ ਵੱਲੋਂ ਅਮਰੀਕ ਸਿੰਘ ਨਾਮ ਹੈ ਇਸ ਨੌਜਵਾਨ ਦਾ ਹੈ ਵੇਖਦੇ ਹਾਂ ਅਮਰੀਕ ਨੂੰ ਕੌਣ ਜੱਸਾ ਲੈਂਦਾ ਪਹਿਲੀ ਗੇੜ ਦੇ ਉੱਤੇ ਚਾਰ ਜਾਸੀ ਹੈ ਜਿਹੜੇ ਸਾਈਡ ਹਲਵਾਰੇ ਦੀ ਟੀਮ ਵੱਲੋਂ ਕਿਹੜਾ ਜਾਸੀ ਲਾਉਂਦਾ ਜੱਸਾ ਹੈ ਵੇਖਦੇ ਹਾਂ ਇਸ ਮੈਦਾਨ ਦੇ ਵਿੱਚ ਇੱਕ ਪੁਆਇੰਟ ਬੜਾ ਕੀਮਤੀ ਹੈ ਵੇਖਦੇ ਹਾਂ ਉਹਦੇ ਸਾਈਡ ਵੱਜ ਗਿਆ ਟੱਚ ਕਹਿੰਦੇ ਵੀ ਨੌਜਵਾਨ ਜੱਸੀ ਇਸ ਵੇਲੇ ਟਰਾਈ ਕਰਦਾ ਹੈ ਇੱਕ ਪਾਸੇ ਅਮਰੀਕ ਆ ਇੱਕ ਪਾਸੇ ਜੱਸੀ ਉਹ ਵੇਖੋ ਮੈਦਾਨ ਦੇ ਵਿੱਚ ਉੱਡ ਗਈ ਧੂੜ ਮੇਰੇ ਵੀਰੋ ਪਹਿਲਾ ਪੁਆਇੰਟ ਬਰਨਾਲੇ ਦੀ ਟੀਮ ਦੇ ਖਾਤੇ ਜੁੜਿਆ ਹੈ ਹਰਵੰਸ ਸਿੰਘ ਸੰਘੇੜਾ ਯੂਐਸਏ ਗੋਗੀ ਲਿਟ ਯੂਐਸਏ ਮਨਦੀਪ ਧਾਮੀ ਆਸਟ੍ਰੇਲੀਆ ਇੰਦਰਜੀਤ ਸਿੰਘ ਸੰਘੇੜਾ ਕੈਨੇਡਾ ਬਲਵਿੰਦਰ ਸਿੰਘ ਜੀ ਧਾਲੀਵਾਲ 300 ਰੁਪਇਆ ਭੇਜਦੇ ਹੈ ਇਸ ਨੌਜਵਾਨ ਦੇ ਲਈ ਧੂਲਕੋਟੀਏ ਵੀਰ ਸਿੰਘ ਨੇ ਕਬੱਡੀ ਪਾਈ ਹੈ ਵੇਖਦੇ ਹਾਂ ਮੈਦਾਨ ਦੇ ਵਿੱਚ ਇੱਕ ਪਾਸੇ ਕਾਲਾ ਤੇ ਨਾਲ ਕਹਿੰਦੇ ਬੁਰਜ ਹਰੀ ਸਿੰਘ ਦਾ ਗੱਗਾ ਇਹਦੇ ਲਈ ਸਾਈਡ ਗੱਗਾ ਤੇ ਵੀਰ ਸਿੰਘ ਇਸ ਮੈਦਾਨ ਵਿੱਚ ਭਿੜਦੇ ਹੋਏ ਮਿਲ ਗਈ ਉਹ ਇਹ ਵੀ ਜੋ ਪੁਆਇੰਟ ਵੀਰ ਸਿੰਘ ਨੇ ਨਾ ਹਲਵਾਰੇ ਦੀ ਟੀਮ ਦੇ ਖਾਤੇ ਜੋੜਤਾ ਹੈ ਆ ਵੀ ਨੌਜਵਾਨ ਹੈ ਪਾਵੀ ਕਬੱਡੀ ਦੌਲੇ ਦੇ ਉੱਤੇ ਬੱਕਰੀ ਜੀ ਕਢਾਈ ਕਰਵਾਈ ਹੋਈ ਹੈ ਤਿੰਨ ਗਿਫਟ ਦਾ ਟੈਟੂ ਬਣਿਆ ਹੋਇਆ ਹੈ ਵੇਖਦੇ ਇਸ ਮੈਦਾਨ ਦੇ ਵਿੱਚ ਕੌਣ ਜੱਸਾ ਲਾਉਂਦਾ ਹੈ ਤਲੇ ਕੇ ਬਾਅਦ ਚਰਨਾ ਐਨ ਕਹਿੰਦੇ ਗਹਿਰੀ ਜੀ ਨਿਗਾਹ ਝਾਕਦਾ ਹੈ ਵੇਖਦੇ ਕਿਹੋ ਜਿਹੇ ਜੱਸਾ ਲੱਗਦਾ ਹੈ ਜਾਂ ਤੇ ਜੱਸੀ ਦੇ ਨਾਲ ਜਾਂ ਤੇ ਜਗਦੀਪ ਨਾਲ ਪੰਗਾ ਪੈਂਦਾ ਵੇਖਦਾ ਮੈਦਾਨ ਵਿੱਚ ਪੱਟੀ ਖੁੱਜ ਤੇ ਲੱਗਦਾ ਹੋਇਆ ਸਵਾਦ ਵਾਲਾ ਜੱਸਾ ਆਉਂਦਾ ਹੈ ਪੰਜਾਬੀਆਂ ਨੂੰ ਸਵਾਦ ਕੌਡੀ ਵੇਖ ਕੇ ਜਦੋਂ ਲੱਗ ਜਾਂਦਾ ਸੋਹਣਾ ਜੱਸਾ ਇਹਦੇ ਲਈ ਸਾਈਡ ਫਿਰ ਜੋ ਪੁਆਇੰਟ ਮੇਰੇ ਵੀਰੋ ਹਲਵਾਰੇ ਦੀ ਟੀਮ ਦੇ ਖਾਤੇ ਜੁੜੇ ਹੈ ਇੱਕ ਇੱਕ ਰੇਡ ਦੇ ਉੱਤੇ ਪਿੰਡ ਸਹੌਲੀ ਵਾਲੇ ਜਿਹੜੇ ਇਹਨਾਂ ਸਟਾਰਾਂ ਦੇ ਨਮਸਕਾਰ ਕਰ ਰਹੇ ਹੈ ਸੁਰਿੰਦਰ ਸਿੰਘ ਸੰਘੇੜਾ ਉਹਨਾਂ ਵੱਲੋਂ 100 ਰੁਪਇਆ ਪੁੱਜਿਆ ਹੈ ਇਧਰ ਵੀਰ ਸਿੰਘ ਦੀ ਪਈ ਹੋਈ ਰੇਡ ਦੇ ਉੱਤੇ 300 ਰੁਪਇਆ ਦਿੱਤਾ ਜਾਵੇਗਾ ਵੇਖਦਾ ਕੌਣ ਜੱਸਾ ਲਾਉਂਦਾ ਹੈ ਉਹਦੇ ਲਈ ਸਾਈਡ ਮੇਰੇ ਵੀਰੋ ਨੌਜਵਾਨ ਬਰਨਾਲੇ ਵਾਲਾ ਡੱਕ ਪਾਓ ਜਾਂ ਨਹੀਂ ਜਾਂ ਤੇ ਵੀ ਪੁਆਇੰਟ ਵੀਰ ਸਿੰਘ ਨੇ ਟੀਮ ਦੇ ਖਾਤੇ ਜੋੜੇ ਹੈ ਵੀਰ ਸਿੰਘ ਨੂੰ ਕੌਣ ਕੌਣ ਪਿਆਰ ਕਰਦਾ ਤਾੜੀ ਜ਼ਰੂਰ ਮਾਰਨਗੇ ਦਰਸ਼ਕ ਵੀਰ ਐਨ ਵੀਰ ਸਿੰਘ ਸਿਰੇ ਦੀਆਂ ਕਬੱਡੀਆਂ ਪਾ ਰਹੇ ਹੈ ਇਧਰ ਮੈਦਾਨ ਦੇ ਵਿੱਚ ਬਰਨਾਲੇ ਦੀ ਟੀਮ ਦੇ ਵੱਲੋਂ ਅਗਲੀ ਪਈ ਹੋਈ ਰੇਡ ਮੇਰੇ ਵੀਰੋ ਚਾਰ ਜਾਸੀ ਖਿਲਾੜੀਆਂ ਵਾਹ ਹੈ ਜਿੱਦਾਂ ਕਹਿੰਦੇ ਧਨੌਲੇ ਵਾਲਾ ਜਗਤਾਰ ਜਲ ਖੇਡਦਾ ਸੀਗਾ ਉਹਦੀ ਵੀ ਕੰਨੀ ਨਹੀਂ ਚੜ੍ਹਦਾ ਸੀ ਮੇਰੇ ਵੀਰੋ ਗਾਜ਼ੀਆਂ ਨੇ ਕਾਲੇ ਵਰਗੇ ਵੀ ਜਿਹੜੇ ਗਿੱਟਾ ਚੱਕਣ ਵਿੱਚ ਮਸ਼ਹੂਰ ਹੋਏ ਹੈ ਅੱਜ ਕਿਹਦੀ ਮਸ਼ਹੂਰੀ ਹੁੰਦੀ ਹੈ ਇਸ ਸਹੌਲੀ ਦੇ ਕਬੱਡੀ ਕਰਦੇ ਕੌਣ ਜੀਦਰ ਨਾਲ ਕਬੱਡੀਆਂ ਪਾ ਕੇ ਜਾਂਦਾ ਹੈ ਧੂਲਕੋਟੀਆ ਵੀਰ ਸਿੰਘ ਵਾਧਾ ਹੋਇਆ ਮੈਦਾਨ ਦੇ ਵਿੱਚ ਸਰਪੰਚ ਜਸਪਾਲ ਸਿੰਘ ਜੀ ਧਾਲੀਵਾਲ ਪ੍ਰਗਟ ਸਿੰਘ ਜੀ ਯੂਐਸਏ ਇੰਦਰਪਾਲ ਸਿੰਘ ਜੀ ਸੰਘੇੜਾ ਪਰਮਜੀਤ ਸਿੰਘ ਜੀ ਗਿੱਲ ਸੁਧਾਰ ਧਰਮਿੰਦਰ ਸਿੰਘ ਸੰਘੇੜਾ ਯੂਐਸਏ ਸਾਬਕਾ ਸਰਪੰਚ ਪਾਲੀ ਬਡੇਲ ਇਹਨਾਂ ਦੇ ਵੱਲੋਂ 300 ਰੁਪਇਆ ਮਿਲੇ ਵੀਰੋ ਇਸ ਨੌਜਵਾਨ ਵੀਰ ਸਿੰਘ ਲਈ ਆਇਆ ਹੈ ਆ ਵੀ ਅਮਰੀਕ ਸਿੰਘ ਪਾਲੀ ਕਬੱਡੀ ਇਧਰ ਅਮਰੀਕ ਵਾਧਾ ਹੋਇਆ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਗਬਰੂ ਪੰਜਾਬ ਦੇ ਰੋਲੋ ਨਾ ਜਵਾਨੀਆਂ ਮਿਲਦੇ ਇਨਾਮ ਨਾਲ ਟਰਾਫੀਆਂ ਨਿਸ਼ਾਨੀਆਂ ਮਿਲ ਜਾਂਦਾ ਝੂਟਾ ਜਹਾਜ਼ ਕਦੇ ਗੱਡੀ ਦਾ
ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ, ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਚਰਨਾ ਧੱਲੇ ਕੇ ਵਾਲਾ ਟਰਾਈ ਕਰਦਾ ਪਰ ਪੁਆਇੰਟ ਬਰਨਾਲੇ ਦੀ ਟੀਮ ਦੇ ਖਾਤੇ। ਕਈ ਖੇਡਣ ਸ਼ੌਂਕ ਨੇ ਮਾਰੇ, ਕਈ ਮਾਰੇ ਰੋਟੀ ਦੇ, ਕਈ ਲਾਲਾ ਮਿਹਨਤਾਂ ਬਣ ਗਏ ਨੇ ਖਿਡਾਰੀ ਚੋਟੀ ਦੇ, ਕਈ ਵਿੱਚ ਮੈਦਾਨਾਂ ਜ਼ੋਰ ਦਿਖਾਉਂਦੇ ਯਾਰੋ ਨਰੋਈ ਹੱਡੀ ਦਾ। ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ, ਕਿ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਇਸ ਕਬੱਡੀ ਦੇ ਉੱਤੇ 300 ਰੁਪਇਆ ਦਿੱਤਾ ਜਾਵੇਗਾ। ਵੀਰ ਸਿੰਘ ਧੌਰਕੋਟੀਆ 300 ਰੁਪਇਆ ਲੱਗਿਆ ਹੋਇਆ। ਬੁਰਜਹਰੀ ਸਿੰਘ ਦਾ ਗੱਗਾ ਇਸ ਵੇਲੇ ਟਰਾਈ ਕਰਦਾ ਪਰ ਪੁਆਇੰਟ ਧਾਲੀ ਦੇ ਖਾਤੇ ਜੁੜ ਗਿਆ ਹੈ। ਗੋਗੀ ਲਿਟ ਜੁਐਸੇ ਹਰਬੰਸ ਸਿੰਘ ਜੀ ਸਾਬਕਾ, ਹਰਬੰਸ ਸਿੰਘ ਜੀ ਸੰਘੇੜਾ ਜੁਐਸੇ, ਇੰਦਰਜੀਤ ਸਿੰਘ ਜੀ ਸੰਘੇੜਾ ਕੈਨੇਡਾ, ਬਲਵਿੰਦਰ ਸਿੰਘ ਜੀ ਧਾਲੀਵਾਲ, ਮਨਦੀਪ ਸਿੰਘ ਧਾਮੀ 300 ਰੁਪਇਆ ਭੇਜਦੇ ਆ ਧੌਰਕੋਟੀਏ ਵੀਰ ਸਿੰਘ ਦੇ ਲਈ। ਲੈ ਵੀ ਮੁੰਡਿਆ ਗਬਰੂਆ ਜਿਹੜਾ ਫੈਸਲਾ ਹੋ ਗਿਆ ਇਹ ਮੰਨਣਾ ਪੈਣਾ। ਫੈਸਲਾ ਰੈਫਰੀ ਨੇ ਦੇਣਾ, ਰੈਫਰੀ ਤਾਂ ਹੀ ਖਿਡਾਏ ਜਾਂਦੇ ਆ ਇਸ ਮੈਦਾਨ ਦੇ ਵਿੱਚ। ਜੇ ਖਿਡਾਰੀਆਂ ਨੇ ਆਪ ਹੀ ਫੈਸਲੇ ਕਰਨੇ ਹੁੰਦੇ ਆ ਤੇ ਫਿਰ ਰੈਫਰੀ ਦੀ ਕੀ ਲੋੜ ਹੈ। ਲੈ ਵੀ ਬਰਨਾਲੇ ਵਾਲਿਆ ਜਿਹੜਾ ਫੈਸਲਾ ਹੋ ਗਿਆ ਵੀਰ, ਸਾਡੀ ਹੱਥ ਬਣ ਕੇ ਬੇਨਤੀ ਹੈ, ਜਿਹੜਾ ਵੀ ਹੋ ਗਿਆ ਨਾ ਸਹੀ ਹੈ ਜਾਂ ਗਲਤ ਹੈ ਉਹ ਮੰਨਣਾ ਪੈਣਾ। ਉਧਰ ਫਿਰ ਮੈਦਾਨ ਦੇ ਵਿੱਚ ਮੇਰੇ ਵੀਰੋ, ਵੀਰ ਸਿੰਘ ਨੇ ਪੁਆਇੰਟ ਆ ਵੀ ਜੋ ਹੈ ਆਪਣੀ ਟੀਮ ਦੇ ਖਾਤੇ ਜੋੜਤਾ ਹੈ। ਆ ਵੀ ਅਮਰੀਕ ਸਿੰਘ ਹੈ, ਪਾਵੀ ਕਬੱਡੀ ਵਾਧਾ ਹੋਇਆ ਅਮਰੀਕ ਇਸ ਮੈਦਾਨ ਦੇ ਵਿੱਚ, ਕਿ ਸ਼ੀਸ਼ੇ ਮੂਹਰੇ ਇੱਕ ਨੂੰ ਹਰੇਕ ਤਾਣਦਾ, ਘਰ ਵਿੱਚ ਦਾਣਾ ਪ੍ਰਵਾਨ ਹਰੇਕ ਬਣਦਾ, ਜਦ ਪਿੰਡ ਨੇ ਗਰਾਊਂਡ ਵਿੱਚ ਬਾਹ ਜੋਦੇ ਆ, ਲੈਂਦੇ ਨੇ ਬਗਾਨੇ ਪੁੱਤ ਧਾ ਜੋਦੇ ਆ, ਕਿ ਲੈਂਦੇ ਨੇ ਬਗਾਨੇ ਪੁੱਤ ਧਾ ਜੋਦੇ ਆ। ਅੱਜ ਕੌਣ ਢਾ ਕੇ ਜਾਂਦਾ ਹੈ, ਕੌਣ ਹਿੱਕ ਤੇ ਬਹਿੰਦਾ ਹੈ, ਕੌਣ ਉੱਡ ਉੱਡ ਕੇ ਕਬੱਡੀਆਂ ਪਾਉਂਦਾ ਹੈ, ਇਸ ਮੈਦਾਨ ਵਿੱਚ ਪਤਾ ਲੱਗਣਾ ਹੈ। ਲੈ ਵੀ ਗਿਠਾਰੇ ਵਾਲੇ ਹੈ, ਆਪਾਂ ਇਸ ਮੈਦਾਨ ਦੇ ਵਿੱਚ ਨਾ ਐਨ ਜਿਹੜੀ ਹੈ ਕਲੀਅਰ ਗਰਾਊਂਡ ਰੱਖਣੀ ਹੈ, ਆਸੇ ਪਾਸੇ ਵੀ ਜਿਹੜਾ ਧਿਆਨ ਰੱਖਣਾ ਹੈ। ਲੈ ਦੇਖੋ ਮੈਦਾਨ ਦੇ ਵਿੱਚ ਇਸ ਵੇਲੇ ਫਿਰ ਜੋ ਪੁਆਇੰਟ ਵੀਰ ਸਿੰਘ ਨੇ ਆਪਣੀ ਟੀਮ ਦੇ ਖਾਤੇ ਜੋੜਦਾ ਹੈ। ਐਨ ਸੱਜੇ ਢੰਗ ਹੈ, ਸ਼ਿੰਗਾਰਿਆ ਪਿਆ ਗਰਾਊਂਡ, ਦੁਨੀਆ ਦੂਰ ਦੂਰ ਤੋਂ ਪੁੱਜੀ ਹੋਈ ਹੈ ਪਿੰਡ ਸਹੌਲੀ ਦਾ ਕਬੱਡੀ ਕੱਪ ਦੇਖਣ ਦੇ ਲਈ। ਸਰਪੰਚ ਜਸਪਾਲ ਸਿੰਘ ਜੀ ਧਾਲੀਵਾਲ, ਪਾਰਗਟ ਸਿੰਘ ਜੀ ਯੂਐਸਏ, ਇੰਦਰਪਾਲ ਸਿੰਘ ਜੀ ਸੰਘੇੜਾ ਐਸਡੀਓ, ਪਰਮਜੀਤ ਸਿੰਘ ਜੀ ਗਿੱਲ ਸੁਧਾਰ, ਧਰਮਿੰਦਰ ਸਿੰਘ ਸੰਘੇੜਾ ਯੂਐਸਏ, ਸਾਬਕਾ ਸਰਪੰਚ ਪਾਲੀ ਬਡੇਲ, ਇਹਨਾਂ ਦੇ ਵੱਲੋਂ ਵੀ 300 ਰੁਪਇਆ ਜਿਹੜਾ ਇਸ ਰੇਡਰ ਲਈ ਆਇਆ ਹੈ। ਬਰਨਾਲੇ ਵਾਲੇ ਰੇਡਰ ਦੇ ਲਈ 300 ਰੁਪਇਆ ਹੈ। ਪਾਵੀ ਸ਼ਕੀਨਾ ਹਲਵਾਰੇ ਵਾਲੇ ਹੈ। ਅਗਲੀ ਕਬੱਡੀ ਵੀਰ ਸਿੰਘ ਧੌਰਕੋਟੀਆ ਵਾਧਾ ਹੋਇਆ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ, ਕਿ ਦੋ ਵੇਲੇ ਦੀ ਰੋਟੀ ਹਰ ਕੋਈ ਖਾਂਦਾ ਹੈ, ਔਖੇ ਸੌਖੇ ਵਕਤ ਗੁਜ਼ਰ ਹੀ ਜਾਂਦਾ ਹੈ, ਅਰਜ ਕਰੀ ਕਿ ਬਿਲਕੁਲ ਫੱਟੀ ਪੋਚੀ ਨਾ, ਛੱਡ ਮਾਲਕ ਤੇ ਡੋਰਾਂ ਵਾਧੂ ਸੋਚੀ ਨਾ, ਲੋੜ ਜਨਾਏ ਮੰਗਲੀ ਵਾਧੂ ਲੋਚੀ ਨਾ। ਲਾ ਵੇਖਦਾ ਮੈਦਾਨ ਵਿੱਚ ਵੀਰ ਸਿੰਘ ਦੀ ਐਨ ਲੱਗਦਾ ਹੈ ਜਫਾ, ਇਹ ਵੀ ਜੋ ਪੁਆਇੰਟ ਹੈ ਬਰਨਾਲੇ ਦੀ ਟੀਮ ਦੇ ਖਾਤੇ। ਆ ਵੀ ਅਮਰੀਕ ਸਿੰਘ ਹੈ, ਪਾਵੀ ਕਬੱਡੀ। ਇਸ ਤੋਂ ਅਗਲਾ ਪਹਿਲਾ ਸੈਮੀਫਾਈਨਲ ਮੈਚ ਪਿੰਡ ਛਪਾਰ ਤੇ ਪਿੰਡ ਰਸੂਲਪੁਰ ਦੀਆਂ ਟੀਮਾਂ ਜਿਹੜੀਆਂ ਗਰਾਊਂਡ 'ਚ ਪਹੁੰਚਣ, ਪਿੰਡ ਛਪਾਰ ਤੇ ਰਸੂਲਪੁਰ ਜਲਦੀ ਤੋਂ ਜਲਦੀ ਇਹ ਟੀਮਾਂ ਜਿਹੜੀਆਂ ਹੈ ਗਰਾਊਂਡ ਵਿੱਚ ਪਹੁੰਚ ਜਾਣ। ਪੰਜਾਂ ਰੈਫਰੀਆਂ ਦੇ ਲਈ ਇਹ ਸਾਡੇ ਐਮ ਐਲ ਵਜ਼ੀਰ 100 ਰੁਪਇਆ ਭੇਜਦੇ ਆ, ਬਹੁਤ ਬਹੁਤ ਧੰਨਵਾਦ ਹੈ। ਸਰਪੰਚ ਜਸਪਾਲ ਸਿੰਘ ਜੀ ਧਾਲੀਵਾਲ, ਪਰਗਟ ਸਿੰਘ ਜੀ ਯੂਐਸਏ, ਇੰਦਰਪਾਲ ਸਿੰਘ ਜੀ ਸੰਘੇੜਾ ਐਸਡੀਓ, ਪਰਮਜੀਤ ਸਿੰਘ ਜੀ ਗਿੱਲ ਸੁਧਾਰ, ਧਰਮਿੰਦਰ ਸਿੰਘ ਜੀ ਸੰਘੇੜਾ ਯੂਐਸਏ, ਸਾਬਕਾ ਸਰਪੰਚ ਪਾਲੀ ਬਡੇਲ, ਜਿਹੜੇ ਸਾਡੇ ਵੀਰ ਰੈਫਰੀ ਵੀਰ ਨੇ ਨਾ ਇਹਨਾਂ ਲਈ 100 ਰੁਪਇਆ ਭੇਜਦੇ ਹੈ, ਬਹੁਤ ਬਹੁਤ ਧੰਨਵਾਦ ਹੈ। ਉਧਰ ਵੀਰ ਸਿੰਘ ਤੇ ਨੌਜਵਾਨ ਬੁਰਜਹਰੀ ਸਿੰਘ ਦਾ ਗੱਗਾ ਵੇਖਦਾ ਜੱਫਾ ਲਾ ਪਾਈ ਜਾਣੀ। ਗੱਗਾ ਇਸ ਵੇਲੇ ਬੜੇ ਲੰਮੇ ਸਮੇਂ ਤੋਂ ਕਬੱਡੀ ਖੇਡਦਾ ਆ ਰਿਹਾ ਹੈ, ਡਿੱਪੀ ਦਾ ਪੇਂਡੂ, ਬੁਰਜਹਰੀ ਵਾਲੇ ਗੱਗੇ ਦਾ ਪੇਂਡੂ, ਸੋਰੀ ਗੱਗਾ ਇਸ ਵੇਲੇ ਸਰਪੰਚ ਦਾ ਪੇਂਡੂ ਜਿਹੜਾ ਜੱਫਾ ਨਹੀਂ ਲਾ ਸਕਿਆ। ਇਹ ਵੀ ਜੋ ਪੁਆਇੰਟ ਹੈ ਹਲਵਾਰੇ ਦੀ ਟੀਮ ਦੇ ਖਾਤੇ ਜੁੜੇ ਹੈ। ਪਾ ਵੀ ਸ਼ੁਕੀਨਾ ਹੈ। ਅਗਲੀ ਕਬੱਡੀ ਇਧਰ ਬਰਨਾਲੇ ਦੀ ਟੀਮ ਦੇ ਵੱਲੋਂ ਅਗਲੀ ਪਈ ਕਬੱਡੀ ਦੇ ਉੱਤੇ, ਵੇਖਦਾ ਚਾਰ ਜਾਸੀਆਂ ਵਿੱਚੋਂ ਕੌਣ ਸਾਹਮਣੇ ਆਉਂਦਾ ਹੈ।
ਤੇ ਕਾਣ ਜੱਫਾ ਆਉਂਦਾ ਹੈ ਧੱਲੇ ਕੇ ਵਾਲ ਚਰਨਾ ਆਪ ਲੱਗ ਗਿਆ ਖੁੱਚੀ ਤੇ ਨਾਲ ਹੀ ਵੱਜ ਗਿਆ ਲੱਕ ਨੂੰ ਲਪੇਟਾ। ਇਹ ਵੀ ਕਹਿੰਦੇ ਰਾਮ ਵਾਲੀਏ ਭਗਵਾਨ ਸਿੰਘ ਨੂੰ ਉਸਤਾਦ ਮੰਨਦਾ ਹੈ ਪਰ ਪੁਆਇੰਟ ਬਰਨਾਲੇ ਦੀ ਟੀਮ ਦੇ ਖਾਤੇ 300 ਰੁਪਈਆ ਭੇਜਦੇ ਆ ਸਾਡੇ ਵੀਰ ਜਸਪਾਲ ਸਿੰਘ ਜੀ ਧਾਲੀਵਾਲ, ਪਰਗਟ ਸਿੰਘ ਜੀ ਯੂਐਸਏ, ਇੰਦਰਪਾਲ ਸਿੰਘ ਜੀ ਸੰਘੇੜਾ, ਪਰਮਜੀਤ ਸਿੰਘ ਜੀ ਗਿੱਲ, ਧਰਮਿੰਦਰ ਸਿੰਘ ਜੀ ਸੰਘੇੜਾ ਯੂਐਸਏ, ਸਾਬਕਾ ਸਰਪੰਚ ਪਾਲੀ ਬਡੇਲ, ਇਹਨਾਂ ਵੱਲੋਂ 300 ਰੁਪਈਆ ਬਰਨਾਲੇ ਵਾਲੇ ਰੇਡਰ ਦੇ ਲਈ। ਆਹ ਦੇਖੋ ਸਾਹਮਣੇ ਪਈ ਹੋਈ ਰੇਡ ਦੇ ਉੱਤੇ ਮੇਰੇ ਵੀਰ ਬਰਨਾਲੇ ਦੇ ਚੌਂ ਜਾਸਕੀਆਂ ਦੀ ਘੁੰਮਣੀ ਚੈਨ ਦੇ ਵਿੱਚੋਂ ਕੌਣ ਆਉਂਦਾ ਸਾਹਮਣੇ, 30 ਸਕਿੰਟਾਂ 'ਚ ਕੌਣ ਕਮਾਲ ਕਰਦਾ ਜਿੱਤ ਨੂੰ। ਹਰ ਇੱਕ ਨੂੰ ਪਿਆਰੀ ਹੁੰਦੀ ਹੈ ਪਰ ਜਿੱਤ ਕੇ ਕੌਣ ਜਾਂਦਾ ਹੈ। ਹੋਰ ਹਰੀ ਸਿੰਘ ਦਾ ਗੱਗਾ ਇੱਕ ਜ਼ੋਰ ਨਾਲ ਜੱਫਾ ਲਾ ਗਿਆ ਹੈ। ਇਹ ਵੀ ਜੋ ਪੁਆਇੰਟ ਮੇਰੇ ਵੀਰ ਬਰਨਾਲੇ ਦੀ ਟੀਮ ਦੇ ਖਾਤੇ, ਜਿਹੜੀ ਟੀਮ ਨੇ ਜਿੱਤ ਜਾਣਾ ਹੈ ਇਸ ਜਾਫੀ ਲਈ 200 ਰੁਪਈਆ ਸਾਡੇ ਵੀਰ ਭੇਜਦੇ ਹੈ। ਜਸਪਾਲ ਸਿੰਘ ਜੀ ਧਾਲੀਵਾਲ, ਪ੍ਰਗਟ ਸਿੰਘ ਜੀ ਯੂਐਸਏ, ਨਾਲ ਸਮੁੱਚੇ ਵੀਰ ਇੰਦਰਪਾਲ ਸਿੰਘ ਜੀ ਸੰਘੇੜਾ, ਪਰਮਜੀਤ ਸਿੰਘ ਜੀ ਗਿੱਲ, ਧਰਮਿੰਦਰ ਸਿੰਘ ਸੰਘੇੜਾ ਯੂਐਸਏ, ਸਾਬਕਾ ਸਰਪੰਚ ਪਾਲੀ ਬੜੇਲ, ਇਹਨਾਂ ਵੱਲੋਂ 200 ਰੁਪਈਆ ਜਿਹੜਾ ਬਰਨਾਲੇ ਵਾਲੇ ਜਾਫੀ ਲਈ ਪੁੱਜਿਆ ਹੈ। ਪਾ ਵੀ ਸ਼ੁਕੀਨਾ ਹੈ ਅਗਲੀ ਕਬੱਡੀ, ਵੇਖਦਾ ਕੌਣ ਪਾਉਂਦਾ ਰੇਡ ਇਸ ਮੈਦਾਨ ਦੇ ਵਿੱਚ। ਮਾਸਟਰ ਹਰਵੰਸ ਸਿੰਘ ਜੀ ਸੰਘੇੜਾ ਯੂਐਸਏ, ਉਹਨਾਂ ਵੱਲੋਂ 200 ਰੁਪਈਆ ਇਸ ਕਬੱਡੀ ਤੇ ਲੱਗਿਆ ਹੈ। ਵੇਖਦੇ ਆ ਵੀਰ ਸਿੰਘ ਉੱਡਿਆ ਫਿਰਦਾ ਇਸ ਮੈਦਾਨ ਦੇ ਵਿੱਚ, ਐਨ ਕੱਲੀ ਕੱਲੀ ਰੇਡ ਵੇਖਣ ਵਾਲੀ ਹੈ। ਦਰਸ਼ਕ ਵੀਰ ਪੱਬਾਂ ਪਾਰ ਹੋਏ ਪਏ ਹੈ ਵੀ ਸਹੌਲੀ ਦਾ ਕੱਪ ਕੌਣ ਚਮਕੇ ਜਾਂਦਾ ਹੈ। 365 ਵਾਲੇ ਲਾਈਵ ਦਿਖਾ ਰਹੇ ਹੈ, ਲਓ ਇਹ ਪੁਆਇੰਟ ਜਿਹੜਾ ਕਾਮਨ ਹੋ ਚੁੱਕਿਆ ਹੈ, ਨਾ ਰੇਡਰ ਦੇ ਹਿੱਸੇ ਜੁੜੇ ਹੈ ਤੇ ਨਾ ਹੀ ਮੇਰੇ ਵੀਰ ਜਾਫੀ ਦੇ ਖਾਤੇ। ਕਿਹਨਾਂ ਲਈ ਜੀ? ਦੋਨਾਂ ਦੇ ਲਈ। ਮਾਰਦੇ ਤਾੜੀ ਦਰਸ਼ਕ ਵੀਰੋ, ਜਿਹੜੇ ਵੀਰ ਨੇ ਇਹਨਾਂ ਖਿਡਾਰੀਆਂ ਨੂੰ ਸਤਿਕਾਰ ਕਰੇ ਹੈ। 100 ਜਾਫੀ ਲਈ 100 ਰੁਪਈਆ ਜਿਹੜਾ ਰੇਡਰ ਲਈ ਪੁੱਜ ਗਿਆ ਹੈ। ਪੁਆਇੰਟ ਭਾਵੇਂ ਕਾਮਨ ਹੋ ਗਿਆ ਹੈ, ਇਹ ਵੀ ਦਿਲ ਦਰਿਆ ਵਾਲੀ ਗੱਲ ਹੈ ਵੀ ਸਹੌਲੀ ਦੇ ਵਿੱਚ ਆਹ ਨੋਟਾਂ ਦਾ ਮੀਂਹ ਪੈਣ ਵਾਲੀ ਗੱਲ ਹੋਈ ਪਈ ਹੈ। ਇਹਦੇ ਧੱਲੇ ਕੇ ਵਾਲਾ ਚਰਨਾ ਡੱਕ ਪਾਊ ਜਾਂ ਨਹੀਂ, ਜਾਂ ਤੇ ਇਹ ਵੀ ਪੁਆਇੰਟ ਬਰਨਾਲੇ ਦੀ ਟੀਮ ਦੇ ਖਾਤੇ ਐਡਜਸਟ ਹੋ ਗਿਆ ਹੈ। ਇਹ ਵੀ ਜੋ ਪੁਆਇੰਟ ਹੈ ਬਰਨਾਲੇ ਦੀ ਟੀਮ ਦੇ ਖਾਤੇ ਜੁੜਿਆ ਹੈ। ਆਹ ਵੀ ਸ਼ਕੀਨਾ ਹਲਵਾਰੇ ਵਾਲੇ ਹੈ, ਪਾ ਵੀ ਕਬੱਡੀ। ਹਲਵਾਰੇ ਦੀ ਟੀਮ ਵੱਲੋਂ ਕੌਣ ਪਾਉਂਦਾ ਕਬੱਡੀ? ਧੂਰਕੋਟ ਜਾਂ ਵੀਰ ਸਿੰਘ ਪੁੱਜਿਆ ਹੋਇਆ ਹੈ, ਇਸ ਟੀਮ ਲਈ ਚੜ ਚੜ ਕੇ ਕਬੱਡੀਆਂ ਪਾ ਰਿਹਾ ਹੈ। ਪਿੰਡ ਛਪਾਰ ਤੇ ਰਸੂਲਪੁਰ ਦਾ ਜਿਹੜਾ ਮੁਕਾਬਲਾ ਹੋਣਾ ਹੈ, ਇਹਨਾਂ ਸਾਰੇ ਵੀਰਾਂ ਦੇ ਵੱਲੋਂ ਹਰ ਇੱਕ ਪੁਆਇੰਟ ਦੇ ਉੱਤੇ 700 ਰੁਪਏ ਦਿੱਤਾ ਜਾਵੇਗਾ। ਤੇ ਮਨਦੀਪ ਧਾਮੀ ਦੇ ਵੱਲੋਂ ਰਸੂਲਪੁਰ ਜਾਂ ਕੰਤਾ ਜਿੰਨੇ ਜੱਫੇ ਲਾਵੇਗਾ ਉਹਨੇ 200 ਰੁਪਏ ਦਿੱਤੇ ਜਾਣਗੇ, ਤੇ ਬਦਲੀ ਵਾਲਾ ਪਿੰਦਰੀ ਜਿੰਨੇ ਪੁਆਇੰਟ ਪ੍ਰਾਪਤ ਕਰੇਗਾ ਉਹਨੇ 200 ਰੁਪਈਏ ਮਨਦੀਪ ਧਾਮੀ ਵੱਲੋਂ ਦਿੱਤੇ ਜਾਣਗੇ। ਲਾ ਵੇਖਦਾ ਮੈਦਾਨ ਦੇ ਵਿੱਚ ਇਹਦੇ ਪਈ ਹੋਈ ਰੇਡ ਦੇ ਉੱਤੇ ਅਮਰੀਕ ਸਿੰਘ ਨੇ ਪੁਆਇੰਟ ਬਰਨਾਲੇ ਦੀ ਟੀਮ ਦੇ ਖਾਤੇ ਜੋੜਤਾ ਹੈ। ਪਾ ਵੀ ਸ਼ੁਕੀਨਾ ਹੈ ਅਗਲੀ ਕਬੱਡੀ। ਬੜਾ ਘੱਟ ਸਮਾਂ ਰਹਿੰਦਾ ਚੱਲ ਰਹੇ ਮੈਚ ਹੈ। ਪਿੰਡ ਛਪਾਰ ਦੀ ਟੀਮ ਤੇ ਰਸੂਲਪੁਰ ਜਲਦੀ ਤੋਂ ਜਲਦੀ ਇਹ ਟੀਮ ਹੈ। ਇਧਰ ਰਸੂਲਪੁਰ ਦੀ ਟੀਮ ਵਾਰਮ ਅਪ ਹੋ ਰਹੀ ਹੈ ਔਰ ਪਿੰਡ ਛਪਾਰ ਦੀ ਟੀਮ ਉਹ ਵੀ ਜਲਦੀ ਤੋਂ ਜਲਦੀ ਨਜ਼ਦੀਕ ਆ ਜਾਵੇ। ਪਹਿਲਾ ਸੈਮੀਫਾਈਨਲ ਮੈਚ ਜੋ ਖੇਡਿਆ ਜਾਵੇਗਾ ਪਿੰਡ ਛਪਾਰ ਤੇ ਪਿੰਡ ਰਸੂਲਪੁਰ ਦੀਆਂ ਟੀਮਾਂ ਦੇ ਦਰਮਿਆਨ। ਹਰਵੰਸ ਸਿੰਘ ਜੀ ਸੰਘੇੜਾ ਯੂਐਸਏ, ਗੋਗੀ ਲਿਟ ਯੂਐਸਏ, ਮਨਦੀਪ ਧਾਮੀ ਆਸਟ੍ਰੇਲੀਆ, ਇੰਦਰਜੀਤ ਸਿੰਘ ਜੀ ਸੰਘੇੜਾ ਕੈਨੇਡਾ, ਬਲਵਿੰਦਰ ਸਿੰਘ ਜੀ ਧਾਲੀਵਾਲ, ਇਹਨਾਂ ਵੱਲੋਂ 300 ਰੁਪਈਆ ਮੇਰੇ ਵੀਰ ਇਸ ਕਬੱਡੀ ਉੱਤੇ 300 ਰੁਪਈਆ ਲੱਗਿਆ ਹੋਇਆ ਹੈ। 4 ਜਾਫੀ ਹੈ, ਵੇਖਦੇ ਜੱਸੀ ਡੱਕਦਾ ਹੈ, ਜਾਂ ਤੇ ਜਗਦੀਪ, ਜਾਂ ਤੇ ਨੌਜਵਾਨ ਚਰਨਾ ਧੱਲੇ ਕੇ ਵਾਲਾ ਹੈ। ਵੇਖਦਾ ਮੈਦਾਨ ਦੇ ਵਿੱਚ ਮੇਰੇ ਵੀਰ ਇਹਦਾ ਧੱਲੇ ਕੇ ਵਾਲਾ ਚਰਨਾ ਕਦੇ ਖੁੱਚੀ ਲੱਗਦਾ ਹੈ, ਕਦੇ ਮਾਰਦਾ ਲੱਕ ਨੂੰ ਲਪੇਟਾ। ਉਹ ਬੱਲੇ 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 ਬਹੁਤ ਸੋਹਣਿਆ। ਇਹ ਵੀ ਜੋ ਪੁਆਇੰਟ ਹੈ ਬਰਨਾਲੇ ਦੀ ਟੀਮ ਦੇ ਖਾਤੇ। ਕੱਲੀ ਕੱਲੀ ਰੇਡ, ਸਵਾਦ ਆਇਆ ਪਿਆ ਇਸ ਮੈਚ ਦੇ ਵਿੱਚ। ਪਾ ਵੀ ਸ਼ੁਕੀਨਾ ਅਗਲੀ ਕਬੱਡੀ।
हलवारे वाले पावी कबड्डी नौजवान है। नेक्स्ट भीरो जे तो सवाल आता ना तो जी दारी दे नाल ताड़ी मार दो। पिंड सहौली वाले ने भावे टीम घट आई है पर कली कली रेड के उत्ते ना माया वंड के अज स्वाद लिया है। हर एक खिलाड़ी का मुल पाया है, हर एक खिलाड़ी का सत्कार किया है। ला देखो मैदान धूरकोट या वीर सिंह अगली रेड पाने वाले हो 200 रुपया लग्या होया है। भावे जासी पॉइंट लेंदा है तो भावे रेडर 200 रुपये दिता जाएगा। यह भी जो पॉइंट है हलवारे की टीम के खाते साढ़े बहुत सत्कार वीर हरबंस सिंह संघेड़ा यूएसए गोगी लिट यूएसए मनदीप धामी आस्ट्रेलिया इंद्रजीत सिंह संघेड़ा कनेडा वाले बलविंदर सिंह धालीवाल इन्होंने वीर वालों हर एक रेट के उत्ते 200 रुपया दिता जा रहा है। बहुत बहुत धन्यवाद है। आवी गमरुआ कबड्डी वीर सिंह ने चढ़ चढ़ के कबड्डियां पा रहे हैं। देखदा समय के नाल किनू जित मिल रही है। जितां जिस दुनिया जीती हांस फकीरा जितण दा मुल चार कौड़ियां है हारण दा मुल हीरा। हीरा बिकदा लख करोड़ी कौड़ी विच कसीना जिस बंदे ने हार ना मन्नी वो बेमुशबे पीरा। लो वीर सिंह नूं जफा लग गई है। यह भी जो पॉइंट बरनाले की टीम के खाते जुड़े है। अंकारे साढ़े वीर बही खाता की कहता है। सुरेंद्र सिंह संघेड़ा 100 रुपया भेजते हैं। गोगी लिट कनेडा वाले वह भी 100 रुपया भेजते हैं। बारह पॉइंट है दर्शक वीर हलवारे दे ते साढ़े 15 अंक ने बरनाले दे। दोनों टीमों की ताड़ी जरूर मारती जाए जे मैच वधिया लगे है। बरनाले की टीम जेतू टीम रही है। जिहड़ा हुण मैच शुरू होना है जे ते लोकी कहंदे आ वी मैच सिरे दा खेडा जाणा ते ताड़ी जरूर मारती जावे। पिंड छपार दी टीम जल्दी तो जल्दी ग्राउंड च पुजेगी। रसूलपुर दी टीम आ गई है। हाँ जी वीर जी दस्सो भी किन्नियां किन्नियां रेडां है इस मैच विच पैणियां है। साढ़े 20 ते जिहड़ी टीम पहला 21 पॉइंट प्राप्त करदी है जां जिहड़ी टीम दे पहला 20.5 हुंदे है जां जिहड़ी टीम दे 21 अंक होंगे है वह टीम जेतू मनी जानी है। हेलो सरदार सुरेंद्र सिंह संघेड़ा इन्होंने बोलने लिए बहुत सारे मानसकार भेजते हैं। बहुत बहुत धन्यवाद है। बेनती है पिंड छपार की टीम लई जल्दी तो जल्दी वो टीम जी है ग्राउंड च पुज जाए। पिंड छपार ते पिंड रसूलपुर का टॉप क्लास मुकाबला सहौली के कबड्डी कप दे विच पहला सेमीफाइनल मैच इस मैदान में शुरू होने जा रहे हैं। जिहड़े नेम मैं अनाउंस करन लगे हैं इन्हां वीरां वल्लों हर एक पॉइंट के उत्ते 100-100 रुपया जिहड़ा दिता जाना है। सरपंच जसपाल सिंह धालीवाल प्रगट सिंह जी यूएसए इंद्रपाल सिंह संघेड़ा परमजीत सिंह जी गिल धर्मिंदर सिंह संघेड़ा यूएसए सबका सरपंच पाली वडेल इन्हां वीरां वल्लों ना हर एक पॉइंट के उत्ते 100-100 रुपया दिता जाना है।
जन्ना चौंकी मान वाला साडा जी विशेष तौर पर आया है, बहुत बहुत धन्यवाद है। इन्हां मैचों की ना इंट्रोडक्शन जी है दोनों टीम जी लाइनअप कर लिया जाए, साड़ी बेनती है। सरपंच सरदार जसपाल सिंह धारीवाल साहब और धर्मेंद्र सिंह संघेड़ा, उन्होंने मैं बेनती करता है प्लीज वो भी जोड़े है मैदान में जरूर आने। और समुची सहेली की मैंबरशिप है साढ़े लीड है पिंड छपार पिंड रसूलपुर टीमों के नाल जान पहचान करने के लिए मैंबरशिप है जो ग्राउंड में पुजी है। सरपंच जसपाल सिंह धारीवाल जी ने, परगट सिंह यूएसए, इंद्रपाल सिंह संघेड़ा एस डी ओ साहब, परमवीर सिंह गिल सुधार, धर्मिंदर सिंह संघेड़ा यूएसए, सबका सरपंच पाली बढ़ेल, हरवंत सिंह संघेड़ा यूएसए, गोगी लिट यूएसए, इंद्रजीत सिंह जी संघेड़ा कनेडा, बलविंदर सिंह धारीवाल, इन्हां समुचे मैंबरशिप वीरां का बहुत बहुत धन्यवाद है जिन्होंने सहौली के वड्डियां रौनकां लाईआं है। तो मनदीप धामी ने आस्ट्रेलिया के शहर ब्रिस्बेन बैठ के, सॉरी मेलबर्न के बैठ के इन्हां मैचों का आनंद मा रहे हैं। आस्ट्रेलिया की समुची फेडरेशन वो भी इस कबड्डी कप के नाल लाइव जुड़ी हुई है। कोई भी वीर रह ना जाए जी, वह ग्राउंड में जरूर आएगा जोड़ा ऑर्गनाइजर वीर है, क्योंकि ये फोटो जी है पत्रकार वीर ने मीडिया वाले वीर ने पेपर के लानी है, तो कल सुरखियों के बयान किया जाएगा भी केड़िया टीमों ने ना पिंड सहौली के मैदान में भाग लिया है तो केड़िया टीमों जेतो बनी है। एक यादगारी फोटो बोले सो निहाल, एक यादगारी फोटो दोवे टीमों के नाल समुचे ऑर्गनाइजर वीर की हुई है। तो हुण पहला सेमीफाइनल मैच शुरू होने लगे है, नार झोट दीआं तीन रेडां दे उत्ते एक हजार रुपया दिता जाएगा। इंद्रजीत सिंह जी कनेडा उन्होंने वालों नार झोट दीआं तीन कबड्डियां ते, हाँ जी रूल ही यह है जी खेड कबड्डी में तीन कबड्डियां ते हुंदा है, भावें हजार ला लो भावें दो हजार ते भावें लख रुपया है, खेड कबड्डी में लखां रुपया है एक एक रेट के उत्ते लगता है। इंद्रजीत सिंह जी कनेडा वाले वो ऐलान करते हैं नार झोट दीआं ना तीन कबड्डियों के उत्ते एक हजार रुपया दिता जाएगा। नार झोट दीआं तीन कबड्डियों के उत्ते एक हजार रुपया साढ़े वीर होर लाते हैं, दो हजार रुपया हो गया, एक हजार रुपया ने इंद्रजीत सिंह जी कनेडा वाले ने लाया है, एक हजार रुपया जसपाल सिंह धारीवाल परगट सिंह यूएसए और समुची मैंबरशिप है। वीर जी हुण नेम जिहड़े मैं अपने हिसाब किताब के नाल एडजस्टमेंट ना बोली जावांगा क्योंकि मैच बड़ा सोहना लगना है। दो हजार रुपया दिता जाना है नार झोट दी रेट के उत्ते। एक बेनती करदा दोनों टीमों नूं, वीर जी मैं माया नहीं फड़ रहा है, माया अपनी नाल दी नाल एडजस्ट है, वो एडजस्टमेंट कर लो अपनी आप ही नाल दी नाल माया फड़ ली जाए। एक एक रेट के उत्ते बाओ सोने स्वाद लिया पा है। आ वीर साडा ना हरमीत इहदे लई भी ताली मार दिओ, ये कहता मैं भज भज के कले कले खिलाड़ी दे तक माया जिहड़ी पहुंचावांगा, इहदा भी बहुत बहुत धन्यवाद है। लो पिंड वाली साइड मेरे वीर जो टीम आ गई है पिंड रसूलपुर की टीम आ कबड्डिया, कबड्डिया जी जिन्नी अनाउंस हो गई हैं किन्ने अंक है जी, जिहड़ी टीम ने पहला साढ़े सतारह कलेंदी है जां जिहड़ी टीम के अठारह पॉइंट होंदे है वो
टीम जीत मनी जानी है जिहड़ी टीम दे पहला 17.5 होंगे है जां जिहड़ी टीम पहला 18 पॉइंट लैंदी है 200 रुपया पहली रेड दे उत्ते सरपंच सपाल सिंह धालीवाल परगट सिंह जी यूएसए वाले लाने है यह अनार चोट छपार वाला मेरे भी उसके कंता रसूलपुरी है तो जस्सी के नाल हुई हाथ जोड़ी ये पॉइंट कामन हो चुके है दोनों खिलाड़ियों की 100 रुपया जोड़ा है इन्हों वीर ने एडजस्टमेंट करती है पाली हरदासे वाले है अगली कबड्डी टेकिया धरती मान माथा यह है सारू सिंह का पुत्र हैरी हरदासे वाला यह दो वीर कबड्डी खेलते है तो दोनों की वड्डी मंग है विदेशों के पर इधर मुंडे का कहते टोडे पिंड है मकंदपुर के लागे खतड़े के लागे राणा साहब का एरिया है यह टोडिया वाला सोनी मेरे भीर 200 रुपया भेजते है पर 100 रुपया सुरेंद्र सिंह संघेड़ा उन्होंने वालों आया है तो 200 रुपया जसपाल सिंह धालीवाल परगट सिंह यूएसए इंद्रपाल सिंह संघेड़ा एसडीओ इन्होंने वालों भी 200 रुपया आया है इधर कहने निका कारख वाला पॉइंट लेके वापस 100 रुपया है सरपंच जसपाल सिंह धालीवाल हरवंत सिंह संघेड़ा यूएसए गोगी लिट यूएसए मनदीप धामी आस्ट्रेलिया आ खिलाड़ी आस्ट्रेलिया तो पुरदा हर साल पंजाब का सीजन खेलन दे लई लादेश के मैदान के मनदीप धामी वालों 200 रुपया लग्या होया है कि मारी जो शाल ला के जोड़ पट्टा नाल अख की चमकना कनाल जिहा हो गया खैर आला जिंदू आखे पलों में धारी यारो टच ला के आ गया टच ला के आ गया यह भी जो पॉइंट है रसूलपुर की टीम के खाते पाली छपार वाले है अगली कबड्डी परमिंदर सिंह संघेड़ा धर्मिंदर सिंह संघेड़ा यूएसए सबका सरपंच पाली बडेल परमजीत सिंह गिल सुधार वाले उधर 2000 रुपये की गल पर पॉइंट मिल गई 200 रुपया नार चोट छपार वाले के लिए पुट गए 2000 रुपया लग्या होया नार दिन 3 रेडा के उत्ते एक पॉइंट कामन होया है और वह पॉइंट नहीं गिना जाना है एक पॉइंट नौजवान ने प्राप्त कर लिया है तो दो कबड्डिया होर पहन गई हैं नार चोट दिन 3 रेडा के उत्ते 2000 रुपया लग्या होया है लवी टोडिया वाले है ये मुंडा ना बड़ी साफ सुथरी कबड्डी खेलता है यह भी एक सच्चा सच्चा खिलाड़ी है बदनी वाला पिंदरी देखते हैं कौन कबड्डी पाता इस मैदान के जाके ग्राउंड में दंड पेलता कौड़ी पाउन बगे सप वांग मेलदा कड़े किसी जासी के हथ आवे ना दाद ही लाउंदा है उड़ारी गबरू हो गया जवान चुंग चुंग बूढ़िया मां ने खवाइया कुट कुट चूड़िया कि मां ने खवाइया कुट कुट चूड़िया इधर सारू सिंह का पुत्र एंड करता है कमाल जोशन के नाल पिया हुआ पंगा पटली खुच पर आखो फैसला पॉइंट रसूलपुर की टीम के खाते 200 रुपया साढ़े भी भेजते है सरपंच जसपाल सिंह धालीवाल परगट सिंह यूएसए सबका सरपंच पाली बडेल जी परगट सिंह जी इधर कंता रसूलपुरी जस्सा ला गया है 200 रुपया चासी ने भी आया है बहुत बहुत धन्यवाद है हरबंस सिंह संघेड़ा यूएसए गोगी लिट यूएसए मनदीप धामी आस्ट्रेलिया इंद्रजीत सिंह संघेड़ा कनेडा बलविंदर सिंह धालीवाल इन्हों वालों कली कली रेड के उत्ते भावें जस्सा लगता है तो भावें रेड अंक लगता है 200 रुपया भेजा जा रहा है बदनी वाला पिंदरी अगली कबड्डी पानी बढ़िया होया है लवी चलन वाली आ करी फैसले ये टेक्निकल पॉइंट किधर नू आया पॉइंट कलवीर छपार वाले के हिस्से जुड़ गया है ये जो पॉइंट है 200 रुपया है साढ़े समुची मैंबरशिप के वालों सरपंच जसपाल सिंह धालीवाल परगट सिंह यूएसए इंद्रपाल सिंह संघेड़ा पानी सिंह गिल सुधार वाले 200 रुपया भेज दे जाफी ले नार चोर की कबड्डी के उत्ते पड़ता है खुच पर मुंडे के ना अन्नी जान है इन्हों भी रोक लेना एन खाला जी का वाड़ा नहीं मेरे भीरो बड़े औखे जसे लगते इस मुंडे नो कोई कोई मेला होंदा है जिथे छपार वाले नू लगातार जसे लगते हैं तो नहीं तो नार चोट भी अजकल दिया तरीकों के एन सिरा करा रहे है पाली रसूलपुरी है अगली कबड्डी दो सौ रुपया मिल रही है इस कबड्डी के उत्ते
ਇੰਦਰੀ ਬੱਧਣੀ ਵਾਲਾ ਕਬੱਡੀ ਪਾਉਂਦੀ ਵਧਿਆ ਵੇਖਦਾ ਚਾਰ ਜਾਂ ਸੀ ਹੈ ਕਲਵੀਰਾ ਛਪਾਰ ਵਾਲਾ ਤੇ ਨਾਲ ਚੰਦਰ ਤੇ ਨਾਲ ਜੋਸਫ ਨਾਲ ਢੋਡਿਆਂ ਵਾਲਾ ਸੋਨੀ ਚੌਂ ਜਾਸਕਿਆਂ ਦੀ ਕੁੰਬੜੀ ਚੈਨ ਵਿੱਚੋਂ ਕਿਹਨੂੰ ਮਾਰਦਾ ਟੱਚ ਬਦਲਣੀ ਵਾਲਾ ਹੈ ਲੈ ਵੀ ਚੰਨਣ ਵਾਲੀ ਆ ਕਿਹੜੇ ਫੈਸਲੇ ਦਿਆ ਵੀ ਜੋ ਪੁਆਇੰਟ ਹੈ ਪਿੰਡਰ ਸੋਹਣਪੁਰ ਦੀ ਟੀਮ ਦੇ ਖਾਤੇ ਪਹਿਲਾਂ ਵੀ ਫੈਸਲਾ ਵੀਰ ਇਸੇ ਰੈਫਰੀ ਨੇ ਕੀਤਾ ਕਲਵੀਰਿਆ ਇਹ ਤੇ ਫੈਸਲਾ ਮੰਨਣਾ ਹੀ ਪੈਣਾ ਭਾਵੇਂ ਸਹੀ ਭਾਵੇਂ ਗਲਤ ਆ ਜੇ ਇੱਕ ਅੰਕ ਤੇ ਰੌਲਾ ਪੈ ਗਿਆ ਮੈਂ ਤੇ ਅੱਠਣ ਤੱਕ ਉਹਦਾ ਫੈਸਲਾ ਨਹੀਂ ਹੋਣਾ ਇਹਦੇ ਮੈਦਾਨ ਵਿੱਚ ਆਣ ਦਲੀ ਦੀ ਪੱਟੀ ਖੁੱਚ ਤੇ ਬਾਜੀ ਹੋਈ ਕੈਂਚੀ ਮਿਲ ਗਈ ਨਿੱਕੇ ਕਾਲਖ ਵਾਲੇ ਨੂੰ ਜਸਾ ਲੱਗ ਗਿਆ ਇਹ ਵੀ ਜੋ ਪੁਆਇੰਟ ਆ ਰਸੂਲਪੁਰ ਦੀ ਟੀਮ ਦੇ ਖਾਤੇ ਇੰਦਰਪਾਲ ਸਿੰਘ ਜੀ ਐਸ ਡੀ ਓ ਸਾਹਿਬ ਇਹਨਾਂ ਬੋਲਾਂ ਲਈ 500 ਰੁਪਈਆ ਭੇਜਦੇ ਆ ਬਹੁਤ ਬਹੁਤ ਧੰਨਵਾਦ ਹੈ ਔਰ 200 ਰੁਪਈਆ ਉੱਧਰ ਸਾਡਾ ਵੀਰ ਇਸ ਜਾਫੀ ਲਈ ਭੇਜਦਾ ਹੈ ਸਰਪੰਚ ਜਸਪਾਲ ਸਿੰਘ ਜੀ ਧਾਲੀਵਾਲ ਜੀ ਵੱਲੋਂ ਪ੍ਰਗਟ ਸਿੰਘ ਜੀ ਜੋਸੇ ਇੰਦਰਪਾਲ ਸਿੰਘ ਜੀ ਸੰਗੇੜਾ ਐਸ ਡੀ ਓ ਸਾਹਿਬ ਇਹਨਾਂ ਬੋਲਾਂ ਲਈ 500 ਰੁਪਈਆ ਭੇਜਦੇ ਹੈ ਬਹੁਤ ਬਹੁਤ ਧੰਨਵਾਦ ਹੈ ਬਦਨੀ ਵਾਲਾ ਪਿੰਦਰੀ ਮੇਲ ਜੀ ਜੋ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ ਹਰਮੀਤ ਲੇਟਾ ਉਹ ਵੀ ਸਾਡਾ ਆਖਰੇ ਵੀ 200 ਕਰੋੜ ਰੁਪਈਆ ਜਿਹੜਾ ਹੋਣਾ ਸਰੀਰ ਦੇ ਉੱਤੇ 30 ਸਕਿੰਟਾਂ ਤੇ 200 ਰੁਪਈਆ ਲੱਗਿਆ ਹੋਇਆ ਹੈ ਇਹਦੇ ਬਦਨੀ ਵਾਲਾ ਪਿੰਦਰੀ ਦਰਸ਼ਕ ਵੀਰੇ ਜੀ ਨੂੰ ਖੇਡ ਚੰਗੀ ਲੱਗੀ ਤੇ ਤਾੜੀ ਜ਼ਰੂਰ ਮਾਰਨਗੇ ਬਦਨੀ ਵਾਲਾ ਪਿੰਦਰੀ ਇਹ ਵੀ 2 ਕਰੋੜ ਦੀ ਕਬੱਡੀ ਖੇਡਿਆ ਵਰਲਡ ਕਬੱਡੀ ਕੱਲ੍ਹ ਪੰਜਾਬ ਵਿੱਚ ਹੋਇਆ ਬਤਾਰ ਆਸਟ੍ਰੇਲੀਆ ਦੀ ਟੀਮ ਨੇ ਖੇਡਿਆ ਲਲਤੋਂ ਵਾਲਾ ਰੋਮੀ ਵੀ ਖੇਡਿਆ ਸੀਗਾ ਇਹਦੇ ਸਿਰ ਜੋ ਪੁਆਇੰਟ ਆ ਨਾਲ ਚੋਰ ਨੇ ਟੀਮ ਦੇ ਖਾਤੇ ਜੋੜਿਆ 200 ਰੁਪਈਆ ਇਸ ਨੌਜਵਾਨ ਦੀ ਖੇਡ ਤੋਂ ਖੁਸ਼ ਹੋ ਕੇ ਸਰਪੰਚ ਜਸਪਾਲ ਸਿੰਘ ਜੀ ਧਾਲੀਵਾਲ ਭੇਜਦੇ ਹੈ ਟਾਈਗਰ ਸਿੰਘ ਜੀ ਜੋਸੇ ਨਾੜ ਦੀਆਂ 3 ਕਬੱਡੀਆਂ ਪੂਰੀਆਂ ਹੋ ਗਈਆਂ ਜੀ 2000 ਰੁਪਈਆ ਲੱਗਿਆ ਸੀਗਾ ਬੇਚੀ ਇਹਨਾਂ ਖਿਡਾਰੀਆਂ ਤੱਕ ਪਹੁੰਚਦਾ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਹੈ ਹਰਮੀਤ ਲਿਟ ਸਾਡਾ ਵੀਰ ਹੈ ਨਾੜ ਦੀਆਂ 3 ਕਬੱਡੀਆਂ ਤੇ 2000 ਲੱਗਿਆ ਸੀਗਾ ਤੇ ਉਸ ਨੌਜਵਾਨ ਦੀ ਮਾਇਆ ਜਿਹੜੀ ਹੈ ਉਹਦੇ ਤੱਕ ਪੁੱਜ ਗਈ ਹੈ ਤੇ ਬੜੇ ਬਹੁਤ ਸਾਰੇ ਮੇਲਿਆਂ ਦੇ ਉੱਤੇ ਕਾਫੀ ਪੈਸੇ ਨਹੀਂ ਮਿਲਦੇ ਇਹਨਾਂ ਖਿਡਾਰੀਆਂ ਨੂੰ ਪਰ ਸਹਾਲੀ ਦੇ ਵਿੱਚ ਕਲੱਬ ਵਾਲੇ ਵੀਰ ਆਪ ਭੱਜ ਭੱਜ ਕੇ ਮਾਇਆ ਫੜਾ ਰਹੇ ਹੈ ਇਹ ਵੀ ਬਹੁਤ ਬਹੁਤ ਧੰਨਵਾਦ ਹੈ ਲਓ ਵੇਖੋ ਮੈਦਾਨ ਦੇ ਵਿੱਚ ਨਾੜ ਝੋਰ ਦੀ ਰੇਡ ਦੇ ਉੱਤੇ ਕੰਤਾਰ ਸੋਨਪੁਰੀ ਹੈ ਜਾਂ ਤੇ ਜੱਸੀ ਲਾਉਂਦਾ ਜੱਸਾ ਉਹਦੇ ਵੇਖੋ ਪਿਆ ਹੋਇਆ ਪੰਗਾ ਹੈ ਇਹ ਵੀ ਜੋ ਪੁਆਇੰਟ ਮਿਲ ਗਈ ਜੋ ਪਿੰਡ ਛਪਾਰ ਦੀ ਟੀਮ ਦੇ ਖਾਤੇ 200 ਰੁਪਈਆ ਆਇਆ ਹੈ ਪਿੰਦਰੀ ਬਦਲੀ ਵਾਲਾ ਵਧਿਆ ਕਬੱਡੀ ਪਾਉਣ ਦੇ ਲਈ ਵੇਖਦਾ ਛਪਾਰ ਦੀ ਟੀਮ ਅੱਜ ਕਿਹੋ ਜਿਹਾ ਖੇਡ ਵਿਖਾ ਕੇ ਜਾਂਦੀ ਹੈ 1000 ਰੁਪਈਆ ਲੱਗਿਆ ਹੋਇਆ ਇਸ ਨੌਜਵਾਨ ਦੀ ਰੇਡ ਦੇ ਉੱਤੇ ਕੌਣ ਜੱਫਾ ਲਾਉਂਦਾ ਹੈ ਸਰਪੰਚ ਜਸਪਾਲ ਸਿੰਘ ਧਾਲੀਵਾਲ ਟਾਰਗਟ ਸਿੰਘ ਜੀ ਜੋਸੇ ਔਰ ਇੰਦਰਪਾਲ ਸਿੰਘ ਸੰਘੇੜਾ ਐਸ ਡੀ ਓ ਸਾਹਿਬ ਇਧਰ ਕਲਵੀਰ ਛਪਾਰ ਵਾਲੇ ਨੇ ਲਾ ਕੇ ਤਕੜਾ ਜੱਫਾ ਐਨ ਧਨ ਧਨ ਕਰਾਤੀ ਹੈ ਵਰਗੀ ਥਾਪੀ ਇਹ ਹੈ ਲਲਕੜਾਵਾਂ ਖੇਡ ਕਬੱਡੀ ਦਾ ਵੇਖਦਾ ਕਿਹੜੀ ਟੀਮ ਜੇਤੂ ਬਣਨੀ ਹੈ ਕੌਣ ਸਾਈਆਂ ਖੇਡਦੀ ਹੈ ਲੈ ਵੀ ਚੰਨਿਆਂ ਵੇਖ ਲੈ ਨੌਜਵਾਨ ਹੈ ਕਿ ਚੰਨਿਆਂ ਜ਼ੋਰ ਜਵਾਨੀ